ਮਸ਼ਹੂਰ ਕਲਾਕਾਰ ਤੇ ਬਿਗ ਬੌਸ ਫੇਮ ਸਪਨਾ ਚੌਧਰੀ ਨੇ ਕਾਂਗਰਸ 'ਚ ਸ਼ਾਮਲ ਹੋਣ ਦੀਆਂ ਖਬਰਾਂ ਦਾ ਖੰਡਨ ਕੀਤਾ ਸੀ। ਜੀ ਹਾਂ, ਚੌਧਰੀ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਖੁਲਾਸਾ ਕੀਤਾ ਹੈ। ਸਪਨਾ ਚੌਧਰੀ ਕਾਂਗਰਸ 'ਚ ਸ਼ਾਮਲ ਹੋਣ ਦੀਆਂ ਖਬਰਾਂ ਪਾਰਟੀ ਦੇ ਸੋਸ਼ਲ ਮੀਡੀਆ 'ਚ ਛਾ ਗਈਆਂ ਸਨ ਅਤੇ ਲੋਕਾਂ ਨਾਲ ਵਧਾਈਆਂ ਤੇ ਵਿਰੋਧੀਆਂ ਤੇ ਇਸ ਦੇ ਤੰਜ ਕਸਣੇ ਵੀ ਸ਼ੁਰੂ ਕਰ ਦਿੱਤੇ ਸਨ। ਸਪਨਾ ਚੌਧਰੀ ਦਾ ਇਹ ਖੁਲਾਸਾ ਉਦੋਂ ਸਾਹਮਣੇ ਆਇਆ ਜਦੋਂ ਕਾਂਗਰਸ ਨੇ ਮਥੁਰਾ ਲੋਕ ਸਭਾ ਸੀਟ ਤੋਂ ਬੀਜੇਪੀ ਦੀ ਉਮੀਦਵਾਰ ਹੇਮਾ ਮਾਲਿਨੀ ਦੇ ਵਿਰੋਧ ਵਿੱਚ ਮਹੇਸ਼ ਪਾਠਕ ਨੂੰ ਉਤਾਰ ਦਿੱਤਾ। ਪਹਿਲਾਂ ਕਿਆਸ ਅਰਾਈਆਂ ਸਨ ਕਿ ਸਪਨਾ ਚੌਧਰੀ ਨੂੰ ਕਾਂਗਰਸ ਯੂਪੀ ਦੇ ਮਥੁਰਾ ਲੋਕ ਸਭਾ ਸੀਟ ਤੋਂ ਲੋਕ ਸਭਾ ਚੋਣ ਲੜਵਾਵੇਗੀ, ਪਰ ਹੁਣ ਹਰਿਆਣਵੀ ਕਲਾਕਾਰ ਤੇ ਯੂਟਿਊਬ ਸਨਸਨੀ ਸਪਨਾ ਚੌਧਰੀ ਦਾ ਸਾਫ ਕੀਤਾ ਹੈ ਕਿ ਉਹ ਕਾਂਗਰਸ ਦਾ ਹਿੱਸਾ ਨਹੀਂ ਹੈ। ਉਹਨਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤਸਵੀਰਾਂ ਪੁਰਾਣੀਆਂ ਦੱਸਿਆ ਤੇ ਨਾਲੇ ਕਿਹਾ ਹੈ ਕਿ ਉਹਨਾਂ ਕੋਲ ਸਿਰਫ ਫੇਸਬੁੱਕ ਦਾ ਖਾਤਾ ਚੱਲਦਾ ਹੈ, ਇਸ ਤੋਂ ਉਹਨਾਂ ਦਾ ਕੋਈ ਵੀ ਅਧਿਕਾਰਤ ਸੋਸ਼ਲ ਮੀਡੀਆ ਨਾਲ ਖਾਤਾ ਨਹੀਂ ਹੈ। ਦਰਅਸਲ ਸਪਨਾ ਚੌਧਰੀ ਦੇ ਨਾਂ ਤੋਂ ਬਣੇ ਹੋਏ ਕਈ ਸੋਸ਼ਲ ਮੀਡੀਆ ਖਾਤਿਆਂ ਤੇ ਕਾਂਗਰਸ ਸ਼ਾਮਲ ਹੋਣ ਦੀਆਂ ਕਥਿਤ ਤਸਵੀਰਾਂ ਸਾਂਝੀ ਕੀਤੀ ਗਈ ਹੈ। ਸਪਨਾ ਚੌਧਰੀ ਨੇ ਦੱਸਿਆ ਹੈ ਕਿ ਉਹਨਾਂ ਦੇ ਪ੍ਰਿਯੰਕਾ ਗਾਂਧੀ ਸਮੇਤ ਸਿਆਸਤਦਾਨਾਂ ਨਾਲ ਚੰਗੇ ਸਬੰਧ ਹਨ, ਪਰ ਉਹ ਕਾਂਗਰਸ ਤੇ ਨਾ ਹੀ ਕੋਈ ਸਿਆਸੀ ਪਾਰਟੀ ਵਿੱਚ ਸ਼ਾਮਲ ਨਹੀਂ ਹੋਏ ਨੇ। ਹਰਿਆਣਵੀ ਕਲਾਕਾਰ ਨੇ ਇਸ ਗੱਲ ਦਾ ਖੰਡਨ ਕੀਤਾ ਹੈ ਕਿ ਉਹ ਰਾਜ ਬੱਬਰ ਨੂੰ ਮਿਲੇ ਹਨ। ਉਹਨਾਂ ਨੇ ਕਿਹਾ ਹੈ ਕਿ ਜਦੋਂ ਵੀ ਅਜਿਹੀ ਗੱਲ ਹੋਈ ਤਾਂ ਉਹ ਖੁਦ ਮੀਡੀਆ ਨੂੰ ਇਸ ਦਾ ਖੁਲਾਸਾ ਕਰਨਗੇ। ਨਹੀਂ ਜੀ, ਅਬ ਆਗੇ ਬਤਾਈਏ। ਕਾਂਗਰਸ ਜੁਆਇਨ ਕੀਤਾ ਹੈ ਆਪਨੇ? ਨਹੀਂ, ਮੈਂ ਬਿਲਕੁਲ ਕਾਂਗਰਸ ਜੁਆਇਨ ਨਹੀਂ ਕੀਤਾ। ਆਪਕੀ ਜੋ ਤਸਵੀਰ ਆਈ ਹੈ ਕਾਂਗਰਸ ਸਾਈਨ ਕਰਦੇ ਹੋਏ, ਸਰ ਦੇਖਿਏ, ਮੇਰੀ ਤਸਵੀਰੇ ਪਹਿਲੇ ਬਹੁਤ ਪਹਿਲੇ ਖਿੱਚੀ ਹੋਈ ਹੈ ਔਰ ਉਹ ਆਪਕੀ ਤਸਵੀਰੇ ਨਹੀਂ ਹੈ। ਤੋ ਜਬ ਆਪ ਪੁਰਾਣਾ ਇੰਟਰਵਿਊ ਲੈ ਕੇ ਆ ਸਕਤੇ ਹੋ ਤੋ ਪੁਰਾਣੀ ਤਸਵੀਰੇ ਆਨੇ ਮੇ ਵੀ ਮੇਰੇ ਖਿਆਲ ਸੇ ਦੇਰ ਨਹੀਂ ਲੱਗੀ। ਦੇਖਿਏ, ਨਹੀਂ ਨਹੀਂ, ਗੁਮਰਾਹ ਕੀ ਬਾਤ ਨਹੀਂ ਹੈ। ਮੈਂ ਪ੍ਰਿਯੰਕਾ ਜੀ ਸੇ ਕਾਫੀ ਬਾਰ ਮਿਲੀ ਹੂੰ ਔਰ ਵੋ ਬਹੁਤ ਅੱਛੀ ਹੈ। ਯਹਾਂ ਇਹ ਮਕਸਦ ਨਹੀਂ ਹੈ ਕਿ ਕੋਈ ਮੁਝੇ ਗੁਮਰਾਹ ਕਰ ਰਿਹਾ ਹੈ ਯਾ ਕੁਛ, ਬਸ ਵਹੀ ਬਾਤ ਹੈ ਕਿ ਛੋਟਾ ਸਾ ਮੁੱਦਾ ਉਸਕੋ ਬਹੁਤ ਬੜਾ ਬਣਾ ਦਿਆ ਗਿਆ। ਆਪਕੋ ਜੁਆਇਨ ਕਰਾਨੇ ਵਾਲੇ ਕੌਣ ਸੇ? ਜੋ ਫੋਟੋਜ਼ ਮੇਂ ਦਿਖ ਰਹੇ ਹੈਂ, ਜੋ ਪਰਚੀ ਜਿਨ੍ਹੋਂ ਨੇ ਕਟਵਾਈ ਹੈ ਮੈਂਬਰਸ਼ਿਪ, ਦੂਸਰਾ ਸਵਾਲ ਇਹ ਪ੍ਰਿਯੰਕਾ ਕੇ ਸਾਥ ਵਾਲੀ ਤਸਵੀਰ ਪੁਰਾਣੀ ਹੈ ਆਪਕੀ? ਪ੍ਰਿਯੰਕਾ ਕੇ ਸਾਥ ਵਾਲੀ ਤਸਵੀਰ ਪੁਰਾਣੀ ਹੈ? ਹਾਂ, ਪ੍ਰਿਯੰਕਾ ਕੇ ਸਾਥ ਵਾਲੀ ਤਸਵੀਰ ਵੀ ਪੁਰਾਣੀ ਹੈ, ਕੱਲ ਵਾਲੀ ਤਸਵੀਰ ਵੀ ਪੁਰਾਣੀ ਹੈ, ਸਾਰੀ ਤਸਵੀਰੇ ਪੁਰਾਣੀ ਹੈ। ਮੇਰੇ ਕੋ ਪਤਾ ਹੀ ਨਹੀਂ ਲੱਗ ਰਿਹਾ ਆਪ ਕਹਾਂ ਸੇ ਨਿਕਾਲ ਕੇ ਲਾ ਰਹੇ ਹੈਂ, ਮੁਝੇ ਨਹੀਂ ਸਮਝ ਮੇਂ ਆ ਰਿਹਾ। ਬਟ ਸਬਸੇ ਬੜੀ ਬਾਤ ਜੋ ਹੈ, ਜਹਾਂ ਆਪ ਕਨਫਿਊਜ਼ ਹੋ ਕਿ ਮੈਨੇ ਕੋਈ ਵੀ ਪਾਰਟੀ ਜੁਆਇਨ ਨਹੀਂ ਕੀ ਹੈ, ਮੈਂ ਹਰ ਕਿਸੀ ਸੇ ਮਿਲਤੀ ਹੂੰ, ਮੇਰੇ ਲਈ ਸਾਰੀ ਪਾਰਟੀ ਬਰਾਬਰ ਹੈ। ਮੈਂ ਹਰ ਪਾਰਟੀ ਸੇ ਮਿਲਤੀ ਹੂੰ, ਮੈਂ ਬੀਜੇਪੀ ਸੇ ਵੀ ਮਿਲਤੀ ਹੂੰ, ਮੈਂ ਕਾਂਗਰਸ ਵਾਲੋ ਸੇ ਵੀ ਮਿਲਤੀ ਹੂੰ, ਮੈਂ ਅਖਿਲੇਸ਼ ਕੀ ਪਾਰਟੀ ਸੇ ਵੀ ਮਿਲਤੀ ਹੂੰ, ਮੈਂ ਆਮ ਆਦਮੀ ਪਾਰਟੀ ਸੇ ਵੀ ਮਿਲਤੀ ਹੂੰ। ਮੇਰੀ ਕੋਈ ਜਾਤ ਨਹੀਂ ਹੈ, ਕੋਈ ਰਿਲੀਜਨ ਨਹੀਂ ਹੈ, ਆਮ ਆਰਟਿਸਟ, ਮੈਂ ਇੱਕ ਕਲਾਕਾਰ ਥੀ, ਕਲਾਕਾਰ ਹੂੰ, ਕਲਾਕਾਰ ਰਹੂੰਗੀ ਔਰ ਮੀਡੀਆ ਸੇ ਮੈਨੇ ਹਰ ਬਾਰ ਯਹੀ ਬੋਲਾ ਹੈ ਕਿ ਮੈਂ ਪੋਲੀਟਿਕਸ ਜੁਆਇਨ ਨਹੀਂ ਕਰ ਰਹੀ ਹੂੰ। ਜਬ ਮੈਂ ਪੋਲੀਟਿਕਸ ਜੁਆਇਨ ਕਰੂੰਗੀ ਤੋ ਇਸੀ ਤਰੀਕੇ ਸੇ ਮੈਂ ਆਪ ਲੋਗੋ ਕੋ ਇਤਨੇ ਹੀ ਪਿਆਰ ਸੇ ਆਕੇ ਬਤਾਉਂਗੀ ਜਿਸ ਤਰੀਕੇ ਸੇ ਆਜ ਮੈਨੇ ਆਪਕੋ ਕਲੀਅਰਫਾਈ ਕੀ। ਹਾਂ, ਮੈਂ ਇਹ ਬਾਤ ਔਰ ਕਹਿ ਦੇਣਾ ਚਾਹਤੀ ਹੂੰ ਕਿ ਟਵਿੱਟਰ ਹੈਂਡਲ ਮੈਂ ਨਹੀਂ ਕਰਤੀ ਹੂੰ, ਮੈਂ ਕੋਈ ਟਵਿੱਟਰ ਨਹੀਂ ਚਲਾਤੀ ਹੂੰ, ਟਵਿੱਟਰ ਅਕਾਊਂਟ ਮੇਰਾ ਨਹੀਂ ਹੈ। ਮੈਂ ਫੇਸਬੁੱਕ ਚਲਾਤੀ ਹੂੰ, ਫੇਸਬੁੱਕ ਆਈਡੀ ਮੇਰੀ ਹੈ, ਇੱਕ ਇੰਸਟਾ ਆਈਡੀ ਮੇਰੀ ਹੈ, ਇਸਕੇ ਇਲਾਵਾ ਮੈਂ ਕੋਈ ਵੀ ਡਿਜੀਟਲ ਕਾ ਕੋਈ ਵੀ ਮੁੱਦਾ ਯੂਜ਼ ਨਹੀਂ ਕਰਤੀ। ਬਿਊਰੋ ਰਿਪੋਰਟ, ਬੁਲੰਦ ਟੀਵੀ।